ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਪੂਰਾ ਮਸਲਾ ਇਸ ਤਰ੍ਹਾਂ ਜੀ ਸਰ ਜੀ, ਇੱਕ ਕਰੋਨਾ ਵਾਇਰਸ ਕਾਰਨ ਪਿੰਡ ਸਾਰੇ ਪਿੰਡਾਂ 'ਚ ਲੋਕਡਾਊਨ ਕਰ ਰੱਖਿਆ, ਸ਼ਹਿਰਾਂ 'ਚ ਲੋਕਡਾਊਨ ਕਰ ਰੱਖਿਆ। ਉਹਨਾਂ ਪਿੰਡਾਂ ਨੇ ਅਸੀਂ ਇਹ ਲਾਇਆ ਸੋਚਿਆ ਵੀ ਬਾਹਰਲਾ ਬੰਦਾ ਪਿੰਡ 'ਚ ਨਹੀਂ ਆਉਣ ਦੇਣਾ। ਅਸੀਂ ਉਹਨੂੰ ਰੋਕਿਆ ਵੀ ਉਹਨੂੰ ਇਹ ਗੱਲ ਕਹੀ, ਕੋਈ ਅਸੀਂ ਗਾਲੀ ਗਲੋਚ ਨਹੀਂ ਉਸ ਬੰਦੇ ਨੂੰ ਕੀਤੀ। ਅਸੀਂ ਉਹਨੂੰ ਇਹ ਕਿਹਾ ਵੀ ਭਰਾ ਮੇਰਾ ਕਰੋਨਾ ਵਾਇਰਸ ਚੱਲਿਆ ਵਾ, ਤੂੰ ਜੇ ਲੈਣਾ ਹੀ ਲੈਣਾ ਨਸ਼ਾ ਤਾਂ ਤੂੰ ਇੱਕ ਅੱਧੀ ਵਾਰ ਲਾਇਆ ਤਾਂ ਇਕੱਠਾ ਲੈ ਕੇ ਚਿੱਟਾ ਅਤੇ ਗੋਲੀਆਂ ਲੈਣ ਆਉਂਦਾ, ਅਤੇ ਤੂੰ ਨਸ਼ਾ ਲੈਣਾ ਤਾਂ ਇੱਕ ਟਾਈਮ ਆਦਾ ਲੈ ਕੇ ਗਿਆ ਚਲਾ ਕਰ, ਜਿਹਦੇ ਨਾਲ ਤੇਰਾ ਸਾਰਾ ਦਿਨ ਨਿਕਲ ਜਾਇਆ ਕਰੇ। ਉਹਦੇ ਬੰਦੇ ਨਾਲ ਇਹੋ ਗੱਲ ਕੀਤੀ ਤਾਂ ਉਹਨੇ ਕੋਈ ਜਵਾਬ ਦਿੱਤਾ, ਕਹਿੰਦਾ ਕੋਈ ਗੱਲ ਨਹੀਂ ਮੇਰੇ ਜਿਵੇਂ ਤੁਸੀਂ ਕਹਿੰਦੇ ਹੋ। ਪਰ ਕਿਹੜਾ ਚਿੱਟਾ ਅਤੇ ਗੋਲੀਆਂ ਵੇਚਣ ਵਾਲਾ ਮੇਨ ਘਰ ਹੈਗੇ ਨੇ ਜਰਨੈਲ ਸਿੰਘ ਸਨ ਭਗਤ ਸਿੰਘ ਦਾ, ਉਹ ਮੇਰੇ ਆ ਕੇ ਦੁਕਾਨ ਦੇ ਅੱਗੇ ਗਾਲ ਗਲੋਚ ਕਰਨ ਲੱਗ ਪਿਆ ਅਤੇ ਗਾਲ ਗਲੋਚ ਕਰਨ ਲੱਗ ਪਿਆ ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਸੁਣ ਬਈ, ਅਸੀਂ ਤੈਨੂੰ ਕੁਛ ਗੱਲ ਕਹੀਏ, ਤੂੰ ਆ ਤਾਂ ਵੇਚਣਾ ਤਾਂ ਵੇਚੀ ਜਾ। ਉਹ ਫਿਰ ਵੀ ਗਾਲੀ ਗਲੋਚੀ ਕਰਨ ਜਾ ਗਿਆ ਵੀ ਮੇਰੇ ਨਾਲ ਪੂਰਾ ਹਰਖ ਕਰਦਾ ਅੱਗੇ ਵੀ ਇਹ ਚਿੱਟੇ ਗੋਲੀਆਂ ਨੂੰ ਰੋਕਦਾ ਕਿਆ। ਮੇਰਾ ਨਾਮ ਛੱਤਰ ਸਿੰਘ ਹੈ ਜੀ। ਗੱਲ ਆ ਜਿਹੜਾ ਹੁਣੇ ਹੁਣੇ ਮਸਲਾ ਹੋਇਆ ਚਿੱਟੇ ਵਾਲਾ ਮਸਲਾ ਸੀਗਾ ਜੀ, ਮੈਂ ਉਸ ਜਤਿੰਦਰ ਬੰਟੀ ਦੇ ਨਾਲ ਗਿਆ ਥਾਣੇ, ਉਹ ਹੈਗਾ ਆਪਣਾ ਤੁਰਿਆ ਨਹੀਂ ਜਾਂਦਾ, ਅਤੇ ਉਸ ਨੂੰ ਮੈਂ ਥਾਣੇ ਲੈ ਕੇ ਦਰਖਾਸਤ ਦੇਣ ਵਾਸਤੇ ਗਏ ਸੀ ਜੀ। ਉੱਥੇ ਮਗਰ ਹੀ ਮੈਨੂੰ ਇਹਦਾ ਸਿੰਧੂ ਦਾ ਫੋਨ ਆ ਗਿਆ, ਜਦੋਂ ਚਿੱਟੇ ਦਾ ਤਸਕਰ ਮੇਨ ਤਰਕ ਸਾਡਾ ਹੈਗਾ ਜਿਹੜਾ ਸਿੰਧੂ ਹੈਗਾ, ਇਸ ਨੇ ਮੈਨੂੰ ਫੋਨ ਕਰਤਾ ਤੂੰ ਉਹਦੇ ਨਾਲ ਗਿਆ ਹੈ ਅਤੇ ਮੈਂ ਤੇਰੀਆਂ ਲੱਤਾਂ ਤੋੜਾਂਗਾ। ਮੈਂ ਕਿਹਾ ਵੀ ਬੰਦੇ ਦੇ ਨਾਲ ਹੀ ਬੰਦਾ ਜਾਂਦਾ ਹੁੰਦਾ ਹੈ, ਕਹਿੰਦਾ ਨਹੀਂ ਅਸੀਂ ਕਿਸੇ ਨੂੰ ਜਾਣ ਹੀ ਨਹੀਂ ਦੇਣਾ ਜਿਹੜਾ ਸਾਡੇ ਵਿਰੁੱਧ ਮੋਲੇਗਾ, ਅਸੀਂ ਉਸ ਦੀਆਂ ਲੱਤਾਂ ਤੋੜ ਦਿਆਂਗੇ, ਅਸੀਂ ਉਸ ਨੂੰ ਜਾਨੋਂ ਮਾਰ ਦੇਵਾਂਗੇ। ਪਰ ਪੁਲਿਸ ਇਸ ਸਿੰਧੂ ਦੇ ਬੰਦੇ ਦੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਜਿਹੜਾ ਇਹ ਬੰਦਾ ਇਸ ਨੇ ਇਹਦੀ ਜਾਇਦਾਦ ਵੇਖੀ ਜਾਵੇ, ਅੱਜ ਤੋਂ 4 ਸਾਲ ਪਹਿਲਾਂ ਇਹਦੇ ਕੋਲ ਰਹਿਣ ਦੀ ਜਗ੍ਹਾ ਨਹੀਂ ਸੀ ਅਤੇ ਹੁਣ ਇਸ ਨੇ ਕੋਠੀ ਬਣਾਈ ਹੈ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ, ਕੰਮ ਚਿੱਟੇ ਦਾ, ਮੇਨ ਕੰਮ ਚਿੱਟੇ ਦਾ, ਸਾਰੀ ਸਪਲਾਈ ਜਿਹੜੀ ਚਿੱਟੇ ਦੀ ਆਸੇ ਪਾਸੇ ਇਲਾਕੇ ਵਿੱਚ ਇਹ ਚਿੱਟੇ ਦੀ ਸਪਲਾਈ ਇਹ ਸਿੰਧੂ ਹੀ ਕਰਦਾ। ਇਹਦਾ ਕੰਮ ਮੇਨ ਕੰਮ ਇਹਦਾ ਚਿੱਟੇ ਦਾ ਹੈਗਾ, ਹੋਰ ਇਹਦਾ ਕੋਈ ਕੰਮ ਨਹੀਂ, ਕੋਈ ਕਾਰ ਨਹੀਂ ਕਿਸੇ ਤਰ੍ਹਾਂ ਦਾ ਵੀ, ਚਿੱਟੇ ਦੀ ਸਪਲਾਈ ਕਰਦਾ। ਇੱਕ ਬੰਦਾ ਸਾਡੇ ਇਲਾਕੇ ਦੇ ਵਿੱਚ ਇਹ ਬੰਦੇ ਤੋਂ ਚਿੱਟਾ ਬੰਦ ਕਰਵਾਇਆ ਜਾਵੇ ਤਾਂ ਸਾਰਾ ਇਲਾਕਾ ਹੀ ਸਾਡਾ ਸੁਧਰ ਜਾਵੇਗਾ। ਨਾ ਕੋਈ ਗੋਲੀ ਵਿਕਣੀ ਹੈ, ਨਾ ਕੋਈ ਇੱਥੇ ਚਿੱਟਾ ਵਿਕਣਾ ਹੈ, ਜੋ ਵੀ ਵੇਚ ਰਿਹਾ ਸਾਰੇ ਇਹੋ ਹੀ ਵੇਚ ਰਿਹਾ। ਪਰ ਪੁਲਿਸ ਜਿਹੜੀ ਹੈਗੀ ਹੈ ਪਤਾ ਨਹੀਂ ਤਾਂ ਸਾਨੂੰ ਹੁਣ ਪੈਸੇ ਲੈਂਦੀ ਕਿ ਪਤਾ ਨਹੀਂ ਵਿੱਚੋਂ ਹਿੱਸਾ ਹੈਗਾ ਪੁਲਿਸ ਦਾ, ਪੁਲਿਸ ਕੁਛ ਵੀ ਨਹੀਂ ਕਾਰਵਾਈ ਕਰਦੀ। ਅਸੀਂ ਮੇਰਾ ਨਾਮ ਛੱਤਰ ਸਿੰਘ ਹੈ ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹਦੇ ਵਿਰੁੱਧ ਕਾਰਵਾਈ ਕਰਕੇ ਇਹ ਨਸ਼ਾ ਜਿਹੜਾ ਹੈਗਾ ਇੱਥੋਂ ਬੰਦ ਕਰਵਾਇਆ ਜਾਵੇ ਅਤੇ ਇਨਸਾਫ ਦਵਾਇਆ ਜਾਵੇ ਪਿੰਡ ਦੇ ਲੋਕਾਂ ਨੂੰ। ਜੇ ਪਿੰਡ ਦਾ ਲੋਕ ਕੋਈ ਵੀ ਬੋਲਦਾ ਤਾਂ ਉਹਦੇ ਵਿਰੁੱਧ ਇਹ 2-4 ਜਣੇ ਹੈਗੇ ਨੇ ਉਹਨੂੰ ਕੁੱਟਦੇ ਮਾਰਦੇ, ਉਹਦੇ ਘਰੋਂ ਤੱਕ ਜਾ ਕੇ ਉਹਨੂੰ ਕੁੱਟ ਮਾਰ ਕਰਦੇ ਨੇ। ਸਰ ਮੈਂ ਘਰੋਂ ਨਿਕਲੀ ਹਾਂ, ਬੋਲਦੇ ਪਏ ਸੀ ਐਵੇਂ ਰੋਕਿਆ ਸਾਡੇ ਮੁੰਡੇ ਨੇ ਵੀ ਤੁਸੀਂ ਨਸ਼ਾ ਲੈਣ ਨਾ ਆਓ ਅਤੇ ਬਈ ਕਰੋਨਾ ਵਾਇਰਸ ਦਾ ਡਰ ਹੈਗਾ ਆਪਣੇ ਪਿੰਡ ਦੇ ਬੰਦੇ ਵੀ ਨਾ ਆਵਣ ਬਾਹਰ ਦੇ ਬੰਦੇ, ਅਤੇ ਇੱਥੋਂ ਮੇਰੇ ਮੁੰਡੇ ਨੂੰ ਧਮਕੀਆਂ ਧਮਕੀਆਂ ਦੇਣ ਲੱਗ ਗਏ ਜਰਨੈਲ ਸਿੰਧ, ਅਤੇ ਫਿਰ ਇਹਨਾਂ ਧਮਕੀਆਂ ਧਮਕੀਆਂ ਦਿੱਤੀਆਂ, ਫਿਰ ਮੇਰੇ ਮੁੰਡੇ ਨੂੰ ਥੱਲੇ ਡੇਗ ਲਿਆ, ਫਿਰ ਮੈਂ ਛਡਾਉਂਦੀ ਫਿਰ ਮੈਂ ਸਿੰਧੂ ਨੇ ਧੱਕਾ ਮਾਰਿਆ, ਮੈਂ ਸੜਕ 'ਤੇ ਡਿੱਗ ਪਈ ਹਾਂ, ਡਿੱਗ ਪਈ ਹਾਂ ਅਤੇ ਫਿਰ ਮੈਨੂੰ ਨਾਨੇ ਮਾਰਿਆ ਇਹਨੂੰ, ਉਹਦੇ ਭਰਾ ਚਾਚਾ ਲਗਾ ਜਰਨੈਲ ਸਿੰਘ ਤੋਂ ਮੈਨੂੰ ਹੱਥ ਥੱਪੜ ਮਾਰਿਆ, ਮੇਰੇ ਵਾਲ ਹੀ ਡਿੱਗ ਪਈ ਹੈ। ਅਤੇ ਇਸ ਤਰ੍ਹਾਂ ਫਿਰ ਅਸੀਂ ਕੰਮ ਕਰਦੇ, ਨਸ਼ਾ ਗੋਲੀਆਂ ਵੇਚਦੇ, ਚਿੱਟਾ ਵੇਚਦੇ, ਗੋਲੀਆਂ ਵੇਚਦੇ, ਫੁੱਲ ਵੇਚਦੇ ਨੇ, ਨਾ ਨਹੀਂ ਕਾਰਵਾਈ ਕਰਦੀ। ਸਾਨੂੰ ਤਾਂ ਕਿੰਨੇ ਚਿਰ ਹੋ ਗਿਆ, ਅਸੀਂ ਤਾਂ ਬੜੇ ਨਾਣੇ ਦਾ, ਅਸੀਂ ਤਾਂ ਬਹੁਤ ਜ਼ਿਆਦਾ
ਪੁਲਿਸ ਪੁਲਿਸ ਅਸੀਂ ਮੁੱਲ ਲਈ ਵੇ ਅਸੀਂ ਥਾਣਾ ਮੁੱਲ ਲਿਆ ਵੇ ਅਸੀਂ ਪਿੰਡ ਵਾਲਿਆਂ ਨੂੰ ਮੁੱਲ ਲਿਆ ਵੇ ਅਸੀਂ ਐਂ ਕੀਤਾ ਵੇ ਅਸਤਰ ਧਮਕਿਆਂ ਦੇ ਆਉਂਦੇ ਨੇ ਪਿੰਡ ਵਾਲੇ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਕਾਰਵਾਈ ਸਾਡੀ ਕੀਤੀ ਜਾਵੇ ਸਾਡੇ ਨੂੰ ਕਾਰਵਾਈ ਕੀਤੀ ਜਾਵੇ ਕਿਹੜੀ ਸਾਡੀ ਲੜਾਈ ਹੋਈ ਅੱਜ ਕੀ ਨਾਂ ਤੁਹਾਡਾ ਅਮਰਜੀਤ ਕੌਰ ਪੂਰਾ ਮਸਲਾ ਇਸ ਤਰ੍ਹਾਂ ਜੀ ਸਰ ਜੀ ਇੱਕ ਕਰੋਨਾ ਵਾਇਰਸ ਕਾਰਨ ਪਿੰਡ ਸਾਰੇ ਪਿੰਡਾਂ 'ਚ ਲੋਕਡਾਊਨ ਕਰ ਰੱਖਿਆ ਸ਼ਹਿਰਾਂ 'ਚ ਲੋਕਡਾਊਨ ਕਰ ਰੱਖਿਆ ਉਹਨਾਂ ਪਿੰਡਾਂ ਨੇ ਅਸੀਂ ਇਹ ਲਾਇਆ ਸੋਚਿਆ ਵੀ ਬਾਹਰਲਾ ਬੰਦਾ ਪਿੰਡ 'ਚ ਨਹੀਂ ਆਉਣ ਦੇਣਾ ਅਸੀਂ ਉਹਨੂੰ ਰੋਕਿਆ ਵੀ ਉਹਨੂੰ ਇਹ ਗੱਲ ਕਹੀ ਕੋਈ ਅਸੀਂ ਗਾਲੀ ਗਲੋਚ ਨਹੀਂ ਉਸ ਬੰਦੇ ਨੂੰ ਕੀਤੀ ਅਸੀਂ ਉਹਨੂੰ ਇਹ ਕਿਹਾ ਵੀ ਭਰਾ ਮੇਰਾ ਕਰੋਨਾ ਵਾਇਰਸ ਚੱਲਿਆ ਵਾ ਤੂੰ ਜੇ ਲੈਣਾ ਹੀ ਲੈਣਾ ਨਸ਼ਾ ਤਾਂ ਤੂੰ ਇੱਕ ਅੱਧੀ ਵਾਰ ਲਾਇਆ ਤਾਂ ਇਕੱਠਾ ਲੈ ਚਿੱਟਾ ਅਤੇ ਗੋਲੀਆਂ ਲੈਣ ਆਉਂਦਾ ਅਤੇ ਤੂੰ ਨਸ਼ਾ ਲੈਣਾ ਤਾਂ ਇੱਕ ਟਾਈਮ ਆਦਾ ਲੈ ਕੇ ਗਿਆ ਚਲਾ ਕਰ ਜਿਹਦੇ ਨਾਲ ਤੇਰਾ ਸਾਰਾ ਦਿਨ ਨਿਕਲ ਜਾਇਆ ਕਰੇ ਉਹਦੇ ਬੰਦੇ ਨਾਲ ਇਹੋ ਗੱਲ ਕੀਤੀ ਤਾਂ ਉਹਨੇ ਕੋਈ ਜਵਾਬ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਮੇਰੇ ਜਿਵੇਂ ਤੁਸੀਂ ਕਹਿੰਦੇ ਹੋ ਪਰ ਕਿਹੜਾ ਚਿੱਟਾ ਅਤੇ ਗੋਲੀਆਂ ਵੇਚਣ ਵਾਲਾ ਮੇਨ ਘਰ ਹੈਗੇ ਨੇ ਜਰਨੈਲ ਸਿੰਘ ਸਨ ਭਗਤ ਸਿੰਘ ਦਾ ਉਹ ਮੇਰੇ ਆ ਕੇ ਦੁਕਾਨ ਦੇ ਅੱਗੇ ਗਾਲ ਗਲੋਚ ਕਰਨ ਲੱਗ ਪਿਆ ਅਤੇ ਗਾਲ ਗਲੋਚ ਕਰਨ ਲੱਗ ਪਿਆ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਗੱਲ ਸੁਣ ਬਈ ਅਸੀਂ ਤੈਨੂੰ ਕੁਛ ਗੱਲ ਕਹੀਏ ਤੂੰ ਆ ਤਾਂ ਵੇਚਣਾ ਤਾਂ ਵੇਚੀ ਜਾ ਉਹ ਫਿਰ ਵੀ ਗਾਲੀ ਗਲੋਚੀ ਕਰਨ ਜਾ ਗਿਆ ਵੀ ਮੇਰੇ ਨਾਲ ਬੁਰਾ ਹਰਖ ਕਰਦਾ ਅੱਗੇ ਵੀ ਇਹ ਚਿੱਟੇ ਗੋਲੀਆਂ ਨੂੰ ਰੋਕਦਾ ਕਿਉਂ ਉਹ ਫਿਰ ਆਪਦੇ ਮੋਟਰਸਾਈਕਲ ਉਤਰਿਆ ਅਤੇ ਮੇਰੇ ਗੱਲ ਪੈ ਗਿਆ ਮੇਰੇ ਨੌਂ ਨੂੰ ਵੀ ਮਾਰਿਆ ਮੈਨੂੰ ਥੱਲੇ ਡੇਗ ਲਿਆ ਜਿਹੜੀ ਮੇਰੀ ਵੀਡੀਓ ਵੀ ਕੋਲ ਹੈਗੀ ਆ ਅਤੇ ਕੱਪੜੇ ਕੁਪੜੇ ਮੇਰੇ ਪਾੜਿਆ ਫਿਰ ਕੁਛ ਪਿੰਡ ਦੇ ਆਂਢ ਗੁਆਂਢ ਮੇਰੇ ਸੱਜਣ ਭੈਣ ਭਾਈ ਆਏ ਨੇ ਉਹਨਾਂ ਸਾਨੂੰ ਛੁਡਾਇਆ ਅਤੇ ਜਦੋਂ ਛੁਡੀ ਗਿਆ ਮੇਰੇ ਮੰਮਾ ਜੀ ਕੋਲ ਖੜੇ ਸੀ ਤਾਂ ਕਹਿੰਦੇ ਵੀ ਤੂੰ ਕਾਕਾ ਘਰਾਂ ਨੂੰ ਜਾ ਫਿਰ ਉਹਨਾਂ ਲੱਗ ਗਿਆ ਅਤੇ ਮੇਰੇ ਮੰਮਾ ਦੀ ਵੀ ਥੱਪੜ ਥੁੱਪੜ ਮਾਰਿਆ ਮੇਰੇ ਮਿਸ ਦੀ ਵੀ ਗੱਲ ਪਾਇਆ ਅਤੇ ਸਾਨੂੰ ਇਹ ਧਮਕੀਆਂ ਦਿੰਦੇ ਸੀ ਵੀ ਅਸੀਂ ਇਹਨਾਂ ਨੂੰ ਜਾਨੋਂ ਮਾਰ ਦਿਆਂਗੇ ਅਸੀਂ ਇਹਨਾਂ ਨੂੰ ਹੀ ਛੱਡਣਾ ਤੁਸੀਂ ਇਸ ਬਾਬਤ ਪੁਲਿਸ ਪ੍ਰਸ਼ਾਸਨ ਕੋਲ ਇੱਕ ਮੰਗ ਨਹੀਂ ਕੀਤੀ ਹਾਂਜੀ ਮੰਗ ਸਰ ਮੈਂ ਪਹਿਲਾਂ ਵੀ ਸਰ 2 ਸਾਲ ਹੋ ਗਏ ਨੇ ਪਹਿਲਾਂ ਵੀ ਮੈਂ ਐਪਲੀਕੇਸ਼ਨ SSP DSP ਚੰਡੀਗੜ੍ਹ ਕੈਪਟਨ ਸਾਹਿਬ ਨੂੰ ਵੀ ਦੇ ਚੁੱਕਿਆ ਐਪਲੀਕੇਸ਼ਨ ਵੀ ਮੈਨੂੰ ਇਹਨਾਂ ਤੋਂ ਪੂਰਾ ਡਰ ਦਾ ਮਾਹੌਲ ਬਣਿਆ ਪਰ ਮੇਰੀ ਅੱਜ ਤੱਕ ਸੁਣਵਾਈ ਨਹੀਂ ਹੋਈ ਹੁਣ ਵੀ ਐਪਲੀਕੇਸ਼ਨ ਮੈਂ ਦੇਣ ਗਿਆ ਸੀ ਸਿਟੀ ਥਾਣਾ SHO ਸਾਹਿਬ ਨੂੰ ਅਤੇ ਉਹਨਾਂ ਕਹਿੰਦਾ ਕੋਈ ਨਹੀਂ ਤੁਸੀਂ ਜਾਓ ਘਰਾਂ ਨੂੰ ਤਾਂ ਤੁਹਾਡੀ ਅਸੀਂ ਆਪੇ ਕਾਰਵਾਈ ਕਰ ਲਾਂਗੇ ਪਰ ਸਾਨੂੰ ਕੋਈ ਮਿਹਨਤ ਨਹੀਂ ਲੱਗਦੀ ਕੋਈ ਪ੍ਰਸ਼ਾਸਨ ਸਾਡਾ ਸਾਥ ਦੇਊਗਾ ਕੀ ਮੰਗ ਕੀ ਕਰਦੇ ਸਰ ਅਸੀਂ ਮੰਗ ਇਹ ਕਰਨਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੀ ਕੀਤੀ ਜਾਵੇ ਵੀ ਸਾਨੂੰ ਹੋਰ ਕੋਈ ਕਿਉਂ ਸਾਨੂੰ ਡਰ ਦਾ ਮਾਹੌਲ ਪੂਰਾ ਬਣਿਆ ਕੀ ਪਤਾ ਕਿਸ ਟਾਈਮ ਵੀ ਸਾਨੂੰ ਇਹ ਮਾਰ ਸਕਦੇ ਆ ਹਾਂ ਜਾਂ ਕਿਸੇ ਕੋਲ ਵੀ ਸਾਨੂੰ ਲੜਾਈ ਝਗੜੇ 'ਚ ਕਟਵਾ ਕੇ ਤਾਂ ਜਾਨੋਂ ਮਾਰ ਸਕਦੇ ਸਾਨੂੰ ਇਹਨਾਂ ਤੋਂ ਪੂਰਾ ਡਰ ਬਣਿਆ ਹੋਇਆ ਕੀ ਨਾਂ ਤੁਹਾਡਾ ਮੇਰਾ ਜਤਿੰਦਰ ਸਿੰਘ ਬੰਟੀ ਹੈ ਜੀ ਮਾਤਾ ਜੀ ਆਇਓ ਮਾਤਾ ਜੀ ਜਿੱਥੇ ਕਿ ਕੋਈ ਹੈਂਡੀਕੈਪਟ ਹੈ ਉਹਨੇ ਕਿਸੇ ਨੌਜਵਾਨ ਨੂੰ ਰੋਕਿਆ ਸੀ ਪਿੰਡ ਦੇ ਵਿੱਚ ਆਉਣ ਤੋਂ ਅਤੇ ਉਸ ਤੋਂ ਬਾਅਦ ਜਿਹੜੇ ਆ ਉਹ ਉਸਦਾ ਇਲਜ਼ਾਮ ਹੈ ਕਿ ਪਿੰਡ ਦੇ ਹੀ ਕੁਝ ਲੋਕ ਜਿਹੜੇ ਉਹਦੇ ਗੱਲ ਪਏ ਆ ਉਹਦੇ ਨਾਲ ਕੁੱਟਮਾਰ ਕੀਤੀ ਹੈ ਮਾਮਲਾ ਜਿਹੜਾ ਹੈ ਨਸ਼ੇ ਨਾਲ ਕਿਤੇ ਨਾ ਕਿਤੇ ਜਿਹੜਾ ਜੁੜਿਆ ਹੋਇਆ ਦੱਸਿਆ ਜਾ ਰਿਹਾ ਉਹਦੇ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਅਸੀਂ ਮੈਂ ਤਾਂ ਡਿਊਟੀ ਦੇ ਵਿੱਚ ਖੁਦ ਬਾਹਰ ਫਿਰਦਾ ਸਾਰਾ ਦਿਨ ਮੈਂ ਹੁਣ ਥਾਣੇ ਆਇਆ ਸੀਗਾ ਮੈਨੂੰ ਮੁਨਸ਼ੀ ਨੇ ਦੱਸਿਆ ਕੋਈ ਕੰਪਲੇਂਟ ਆਈ ਹੈ ਇਸ ਤਰ੍ਹਾਂ ਲੜਕੇ ਵੱਲੋਂ ਟਵਾਣੇ ਤੋਂ ਅਤੇ ਅਸੀਂ ਕੰਪਲੇਂਟ ਦੇਖ ਲੈਂਦੇ ਵੈਰੀਫਾਈ ਕਰਦੇ ਹਾਂ ਮੌਕੇ 'ਤੇ ਜਾ ਆਉਂਦੇ ਹਾਂ ਕੋਈ ਐਸੀ ਗੱਲ ਸਾਹਮਣੇ ਆਈ ਤਾਂ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਅਗਰ ਕਿਸੇ ਨੇ ਕਿਸੇ ਨਾਲ ਕੁੱਟਮਾਰ ਕੀਤੀ ਹੈ ਅਤੇ ਅਸੀਂ ਕਾਰਨ ਵੀ ਪਤਾ ਕਰ ਲੈਂਦੇ ਹਾਂ ਕਿ ਕੀ ਕਾਰਨ ਹੈ ਵੀ ਕਿਸ ਵਜ੍ਹਾ ਕਰਕੇ ਉਹਨਾਂ ਨੇ ਆਪਸ ਦੇ ਵਿੱਚ ਲੜਾਈ ਕੀਤੀ ਹੈ ਸਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜਾ ਕਿ ਲੋਕਡਾਊਨ ਕੀਤਾ ਹੋਇਆ ਕੀ ਇਸ ਪਿੰਡ ਨੂੰ ਹਦਾਇਤਾਂ ਨਹੀਂ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਹੈਗੀਆਂ ਲੋਕਡਾਊਨ ਦੀਆਂ ਬਹੁਤ ਜ਼ਿਆਦਾ ਜੀ ਅਸੀਂ ਟਵਾਣਾ ਦੇ ਵਿੱਚ ਮੈਂ ਕਈ ਵਾਰੀ ਖੁਦ 2-2 ਦਿਨ ਗੇੜਾ ਮਾਰ 2 ਵਾਰੀ ਗੇੜਾ ਮਾਰਦਾ ਦਿਨ ਦੇ ਵਿੱਚ ਕਈ ਵਾਰੀ 4-4 ਵਾਰ ਵੀ ਗੇੜਾ ਲਾਦਾ ਮੇਰਾ ਅਤੇ ਲੋਕਾਂ ਨੂੰ ਅਵੇਅਰ ਵੀ ਕਰੀਦਾ ਪਰ ਫਿਰ ਵੀ ਕੁਛ ਨਾ ਕੁਛ ਸ਼ਰਾਰਤੀ ਜਿਹੜੇ ਤੱਤ ਹੈਗੇ ਆ ਬਾਹਰ ਆ ਜਾਂਦੇ ਆ ਅਸੀਂ ਕਈਆਂ ਨਾਲ ਸਖਤੀ ਨਾਲ ਵੀ ਪੇਸ਼ ਆਈਦਾ ਸਟੇਡੀਅਮ ਦੇ ਵਿੱਚ ਵੀ ਜਿਹੜੀ ਆਪਾਂ ਆਰਜੀ ਜੇਲ੍ਹ ਬਣਾਈ ਆ ਉੱਥੇ ਵੀ ਅਸੀਂ ਇਹਨਾਂ ਨੂੰ ਲੈ ਕੇ ਆਈਦਾ ਅਤੇ ਕੋਸ਼ਿਸ਼ ਕਰ ਰਹੇ ਹੈਗੇ ਆ ਕਾਫੀ ਲੋਕ ਅੱਗੇ ਨਾਲੋਂ ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।